नमस्कार दोस्तों एक बार फिर से मैं डॉक्टर विवेक बंसल कंधे और घिटने की लिगामेंट की इन्फॉर्मेशन देने वाले वीडियो में स्वागत करता हूं तो दोस्तों समय समय पे हम लोग वीडियोस बनाते रहते हैं और जितने भी हमारे पेशेंट्स हैं जिनको लिगामेंट की दिक्कत आई है उनको हम मिलाते रहते हैं तो दोस्तों ए लिगामेंट एक बहुत ही इंपॉर्टेंट लिगामेंट है घुटने का जो आगे की हड्डी और नीचे की हड्डी को आपस में जोड़ता है इसके अलावा तीन लिगामेंट और होते हैं जिनमें पी सी और एल होता है ज़्यादातर नब्बे लोगों में ए लिगामेंट है वो टूट जाता है उसके बाद पेशेंट को लचक आनी महसूस हो जाती है लेकिन बहुत सारे पेशेंट हमारे ऐसे भी हैं जिनमें मल्टी लिगामेंट जिसको हम लोग बोलते हैं अभी एक से ज़्यादा लिगामेंट का इन्वॉल्व होना या मिनिमम दो लिगामेंट का इन्वॉल्व होना तो वैसी भी चोट लगती है तो ऐसे में घुटना बिल्कुल ही अनस्टेबल हो जाता है और मरीज का चलना फिरना बहुत मुश्किल हो जाता है हालात ऐसे पहुंच जाते हैं अभी पेशेंट का वजन डल नहीं पाता और लचक के कारण पेशेंट ऑलमोस्ट बेड रिडन हो जाता है तो आज हमारे साथ ऐसे ही एक पेशेंट मौजूद है लघवीर सिंह जी जिनका एसीएल और एमसीएल दोनों लिगामेंट टूट गए थे तो इनको चोट थी वो जो ट्रैक्टर पे जब ये चढ़ रहे थे तब लग गई थी तो चलिए जानते हैं इनकी क्या स्टोरी है इनको चोट किस तरीके से लगी हमारे कॉन्टैक्ट में ये कैसे आए और उसके बाद आज ये दो सवा दो महीने बाद कैसा महसूस कर रहे हैं तो सत श्रीकाल जी रखबीर सिंह जी सब तो पहला मैं थोड़ा तो बहुत बहुत शुक्रिया अदा करता भी तुम सानू ये वीडियो बनाने का मौका दिता सो तीस दसो सानू भी थोड़े तो साथ किमें वजी तो फिर की मतलब कि किस किस चीज़ा तुम दिक्कत महसूस करनी पी सत श्रीकाल साहब तो मेरा तेईस तरीक अप्रैल न ਲੈਗਮੈਂਟ ਟੁੱਟ ਗਿਆ ਸੀਗਾ ਜੀ ਤੇ ਟਰੈਕਟਰ ਤੋਂ ਡਿੱਗਣ ਕਾਰਨ ਤੇ ਮੁੜ ਕੇ ਮੇਰੇ ਦੋਸਤ ਨੇ ਦੱਸਿਆ ਵੀ ਬਠਿੰਡੇ ਤੋਂ ਆਪਣਾ ਡਾਕਟਰ ਬੇਵਾਂਸਲਾ ਉਹਨਾਂ ਕੋਲ ਜਾਓ ਜੀ ਠੀਕ ਹੈ ਸੋ ਜਦੋਂ ਤੁਹਾਡੇ 60 ਵਜੇ ਸੀਗੀ ਤੁਸੀਂ ਕਿੱਦਾਂ ਤੁਹਾਡੇ 60 ਵਜੇ ਤੇ ਫਿਰ ਤੁਹਾਨੂੰ ਕਿਵੇਂ ਪਤਾ ਚੱਲਿਆ ਵੀ ਤੁਹਾਡੇ ਦੋਨੋਂ ਲਿਗਮੈਂਟੇ ਟੁੱਟ ਗਏ ਸੀਗੇ ਜੀ ਟਰੈਕਟਰ ਤੋਂ ਡਿੱਗਣ ਕਾਰਨ ਜਦੋਂ ਮੈਂ ਕੋਟ ਗਿਆ ਜੀ ਤੇ ਉਹਨਾਂ ਡਾਕਟਰ ਨੇ ਦੱਸਿਆ ਵੀ ਲੈਗਮੈਂਟ ਦੋਨੇ ਟੁੱਟ ਗਏ ਜੀ ਤੁਹਾਡਾ ਆਪਰੇਸ਼ਨ ਹੋਊਗਾ ਜੀ ਉਹਨਾਂ ਨੇ ਦੱਸਿਆ ਸੀਗਾ ਵੀ ਤੁਹਾਡਾ ਵੀ 60-70000 ਰੁਪਏ ਦਾ ਖਰਚਾ ਆ ਜੀ ਤੇ ਤੁਸੀਂ ਆਪਰੇਸ਼ਨ ਕਰਾਉਣਾ ਪਊਗਾ ਜੀ ਮੁਰਕੇ ਮੇਰੇ ਦੋਸਤ ਨੇ ਮੈਨੂੰ ਦੱਸਿਆ ਵੀ ਤੁਸੀਂ ਬਠਿੰਡੇ ਜਾਓ ਵੇਗਵਾਂਸਰ ਕੋਲ ਡਾਕਟਰ ਕੋਲ ਬਹੁਤ ਵਧੀਆ ਇਲਾਜ ਕਰਦੇ ਆ ਜੀ ਉੱਥੇ ਦਿਖਾਓ ਜੀ ਫਿਰ ਅਸੀਂ ਇੱਥੇ ਤੁਹਾਨੂੰ ਦਿਖਾਉਣ ਆਏ ਆ ਜੀ 6 ਤਰੀਕ ਨੂੰ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਹੀ ਤੁਸੀਂ ਇੰਪ੍ਰੈਸ਼ਨ ਦੀ ਰਾਇ ਦਿੱਤੀ ਸੋ ਜਦੋਂ ਮੈਂ ਤੁਹਾਨੂੰ ਐਗਜ਼ਾਮਿਨ ਕੀਤਾ ਤੁਹਾਨੂੰ ਉਸ ਤੋਂ ਬਾਅਦ ਮੈਂ ਤੁਹਾਡੇ ਦੋਨੋਂ ਲਿਗਾਮੈਂਟ ਬਣਾਏ ਅੱਜ 2 ਸਵਾ 2 ਮਹੀਨੇ ਹੋ ਗਏ ਨੇ ਸੋ ਕਿੱਦਾਂ ਦਾ ਤੁਸੀਂ ਮਹਿਸੂਸ ਕਰ ਰਹੇ ਹੋ ਤੇ ਕੀ ਕੀ ਤੁਹਾਡੇ ਚੀਜ਼ ਚ ਇੰਪਰੂਵਮੈਂਟ ਆ ਗਈ ਜੀ ਅੱਗੇ ਨਾਲ ਬਹੁਤ ਵਧੀਆ ਜੀ ਤੇ ਹੁਣ ਪੂਰਾ ਵਜਨ ਆਉਂਦਾ ਜੀ ਅੱਗੇ ਵਜਨ ਨਹੀਂ ਆਉਂਦਾ ਸੀਗਾ ਦੀ ਗੋਡਾ ਮੁੜਦਾ ਨਹੀਂ ਸੀਗਾ ਜੀ ਤੇ ਨਾ ਹੀ ਉਹ ਵਜਨ ਆਉਂਦਾ ਸੀਗਾ ਜੀ ਤੇ ਢਿੱਲ ਮਹਿਸੂਸ ਹੁੰਦੀ ਸੀ ਗੋਡੇ 'ਚ ਜੀ ਹੁਣ ਵਧੀਆ ਜੀ ਸਵਾ ਦੋ ਮਹੀਨੇ ਹੋ ਗਏ ਵਧੀਆ ਤੁਰ ਫਿਰ ਲੈਣਾ ਜੀ ਮੈਂ ਕੋਈ ਦਿੱਕਤ ਵਾਲੀ ਗੱਲ ਨਹੀਂ ਕਿ ਜੀ ਠੀਕ ਹੈ ਸੋ ਤੁਸੀਂ ਰੀਜਨਿੰਗ ਤੁਹਾਡੇ ਤੋਂ ਮੈਂ ਪੁੱਛਣਾ ਵੀ ਜ਼ਿਆਦਾਤਰ ਜਿਹੜੇ ਪੇਸ਼ੈਂਟ ਨੇਗੇ ਉਹਨਾਂ ਦੇ ਵਿੱਚ ਇੱਕ ਲਿਗਮੈਂਟ ਹੀ ਟੁੱਟਦਾ ਹੈ ਤੁਹਾਡੇ ਤਾਂ ਦੋ ਟੁੱਟ ਗਏ ਸੀਗੇ ਸੋ ਚਾੜਾ ਦੇ ਵਿੱਚ ਦੋ ਲਿਗਮੈਂਟ ਜੇ ਟੁੱਟ ਜਾਂਦਾ ਅਸੀਂ ਇਹ ਮੰਨਦੇ ਆ ਵੀ ਗੋਡਾ ਬਿਲਕੁਲ ਹੀ ਅਨਸਟੇਬਲ ਹੋ ਗਿਆ ਸੋ ਹੁਣ ਤੁਸੀਂ ਦੋਨੋਂ ਲਿਗਮੈਂਟ ਤੁਸੀਂ ਬਣਵਾਏ ਨੇ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਕੋਈ ਲਚਕ ਇਹ ਤੁਹਾਨੂੰ ਐ ਲੱਗਦਾ ਪਿਆ ਵੀ ਤੁਸੀਂ ਡਿੱਗ ਪੋਗੇ ਤੁਰਦੇ ਹੋਏ ਕਿੱਦਾਂ ਦੀ ਤੁਸੀਂ ਰਿਕਵਰੀ ਮਹਿਸੂਸ ਕਰ ਰਹੇ ਹੋ ਨਹੀਂ ਕੋਈ ਦਿੱਕਤ ਨਹੀਂ ਜੀ ਵਧੀਆ ਤੌਰ ਫਿਰ ਲੈਣਾ ਜੀ ਮੈਂ ਦੋ ਤੋਂ 2.5 ਕਿਲੋਮੀਟਰ ਡੇਲੀ ਤੁਰਦਾ ਹਾਂ ਜੀ ਕੋਈ ਚੱਕਰ ਨਹੀਂ ਗਈ ਵਧੀਆ ਤੌਰ ਸੋਨਾ 21 ਮਕਸਦੰਰ ਰੱਖਵੀ ਸਿੰਘ ਜੀ ਜਿਸ ਤਰ੍ਹਾਂ ਅਸੀਂ ਜਿਹੜੇ ਵੀ ਸਾਡੇ ਕੋਲ ਪੇਸ਼ੈਂਟ ਆਉਂਦਾ ਅਸੀਂ ਘਰ ਵਾਂਗੂ ਰੱਖਦੇ ਆ ਤੇ ਆਪਦੇ ਵੱਲੋਂ ਬੈਸਟ ਇਲਾਜ ਦਿੰਨੇ ਆ ਸੋ ਤੁਸੀਂ ਤੁਹਾਡਾ ਇੱਥੋਂ ਸਾਡੇ ਕੋਲ ਹਸਪੀਟਲ 'ਚ ਰਹਿਣ ਦਾ ਐਕਸਪੀਰੀਅੰਸ ਕਿਦਾਂ ਰਿਹਾ ਵੀ ਤੁਸੀਂ ਦੱਸੋ ਵੀ ਸਿੱਧਾ ਸਾਡੇ ਸਟਾਫ ਦਾ ਜਾਂ ਸਾਡੇ ਹਸਪੀਟਲ ਦੀ ਮੈਨੇਜਮੈਂਟ ਦਾ ਤੁਹਾਨੂੰ ਕਿੱਦਾਂ ਦਾ ਵਰਤਾਵ ਲੱਗਿਆ ਤੇ ਕੀ ਤੁਸੀਂ ਕਹਿਣਾ ਚਾਹੋਗੇ ਜਿਸ ਬਹੁਤ ਵਧੀਆ ਸਟਾਫ ਆ ਸਾਰਾ ਹੀ ਬਹੁਤ ਵਧੀਆ ਕੇਅਰ ਕਰਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਬਹੁਤ ਵਧੀਆ ਇਲਾਜ ਹੁੰਦਾ ਜੀ ਇੱਥੇ ਸੋ ਬਹੁਤ ਸਾਰੇ ਮੁੰਡੇ ਨੇ ਜਿਨ੍ਹਾਂ ਦੇ ਜਿਹੜੇ ਲਿਗਾਮੈਂਟ ਟੁੱਟੇ ਹੋਏ ਨੇ ਗੋਡੇ ਦੇ ਤੇ మోਡੇ ਦੇ ਸੋ ਬਹੁਤ ਸਾਰੇ ਇਹ ਦੇ ਵਿੱਚ ਜਿਹੜੇ ਸਪੋਰਟਸ ਪਲੇਅਰ ਵੀ ਹੈਗੇ ਨੇ ਜ਼ਿਆਦਾਤਰ ਜਿਹੜੇ ਲਿਗਾਮੈਂਟ ਕਬੱਡੀ ਵਗੈਰਾ ਖੇਡਦੇ ਹੋਏ ਟੁੱਟਦੇ ਨੇ ਸੋ ਉਹ ਇਹ ਜੇ ਮੁੰਡਿਆਂ ਨੂੰ ਤੁਸੀਂ ਕੀ ਰეკਮੈਂਡ ਕਰੋਗੇ ਤੁਸੀਂ ਕਹੋਗੇ ਵੀ ਸਾਡੇ ਕੋਲ ਆ ਕੇ ਇਲਾਜ ਕਰਾਓ ਹਾਂਜੀ ਉਹਨਾਂ ਨੂੰ ਇਹ ਹੀ ਸੁਨਿਆ ਜੀ ਉਹਨਾਂ ਦਾ ਇਲਾਜ ਕਰਾਉਣਾ ਚਾਹੀਦਾ ਹੀ ਉਹਨਾਂ ਨੂੰ ਵੀ ਘਰੇ ਬੈਠਣਾ ਕੁਝ ਪੈਦਾ ਨਹੀਂ ਗਾ ਜੀ ਇਲਾਜ ਕਰਾਇਆ ਹੋਵੇ ਤਾਂ ਵਧੀਆ ਬਿਹਤਰ ਆ ਜੀ ਠੀਕ ਹੈ ਸੋ ਨਾ ਰეკਮੈਂਡ ਕਰੋਗੇ ਤੁਸੀਂ ਸਾਡੇ ਕੋਲ ਮੈਨੂੰ ਡਾਕਟਰ ਵਿਵੇਕ ਬਾਂਸਲ ਨੂੰ ਪੰਜਾਬ ਕੈਂసర్ ਕੇਅਰ ਚ ਮਿਲੋ ਹਾਂਜੀ ਡਾਕਟਰ ਵਿਵੇਕ ਬਾਂਸਲ ਨੂੰ ਮਿਲੋ ਜੀ ਤੇ ਵਧੀਆ ਇਲਾਜ ਕਰਦੇ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਹਾਂਜੀ ਸੋ ਆਖਰ ਦੇ ਵਿੱਚ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਸੋ ਮੈਂ ਇਹੀ ਆਸ਼ਾ ਕਰਦਾ ਵੀ ਜਿੰਨੇ ਵੀ ਤੁਹਾਡੇ ਉਥੋਂ ਦੇ ਜਿਹੜੇ ਯੰਗ ਪਲੇਅਰ ਨੇ ਜਿਹੜੇ ਵਿਚਾਰੇ ਘਰੇ ਬੈਠੇ ਨੇ ਜਾਂ ਜਿਹੜੇ ਸਪੋਰਟਸ ਨੂੰ ਖੇਲਣਾ ਬਿਲਕੁਲ ਹੀ ਬੰਦ ਹੋ ਗਏ ਨੇ ਸੋ ਉਹਨਾਂ ਵਾਸਤੇ ਇੱਕ ਜਾਗਰੂਕਤਾ ਦਾ ਇੱਕ ਵੀਡੀਓ ਦਾ ਮੈਸੇਜ ਜਾਊਗਾ ਤੇ ਬਹੁਤ ਜਲਦੀ ਤੁਸੀਂ ਰਿਕਵਰੀ ਕਰੋ ਅਸੀਂ ਇਹੀ ਅਰਦਾਸ ਕਰਦੇ ਆ ਤੇ ਬੈਕ ਟੂ ਗੇਮ ਬਹੁਤ ਛੇਤੀ ਆਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ